ਮੈਨੂੰ ਕਰੋਨਾ ਵਾਇਰਸ ਹੋ ਗਿਆ ਨਾ। ਲੋ ਫਾਈਨਲ ਮੈਚ ਖੇਡ ਮੈਦਾਨ ਦੇ ਵਿੱਚ ਤਕੜਾ ਮੈਚ ਖੇਡਿਆ ਜਾ ਰਿਹਾ ਹੈ। ਦੋਨੋਂ ਟੀਮਾਂ ਦੇ ਦਰਮਿਆਨ ਤਕੜੀ ਟੱਕਰ ਦੇਖਣ ਨੂੰ ਮਿਲ ਰਹੀ ਹੈ। ਦੁਨੀਆਂ ਦੇ ਵੱਡੇ ਖਿਡਾਰੀ ਜਿਹੜੇ ਖੇਡ ਰਹੇ ਹੈ, ਇੱਧਰ ਤੂਫਾਨ ਹੈ ਤੇ ਇੱਧਰ ਮੈਂ ਦੇਖਦਾ ਵੀ ਖੇਡ ਮੈਦਾਨ ਦੇ ਵਿੱਚ ਦੇਸੀ ਅੱਟ ਹੈ। ਖੜ ਖੜ ਬਹਿੰਦੇ ਲੋਕੀ ਸਾਣ ਜੱਟ ਨੂੰ ਆਉਂਦੇ ਯਾਰੋ ਲੋਕ ਨੇ ਹਨੇਰੀਆਂ ਤੂਫਾਨ ਜੱਟ ਨੂੰ ਅੱਜ ਵੇਖਾਂਗੇ ਤੂਫਾਨ ਰੁਕਦਾ ਕਿ ਨਹੀਂ। ਇਹ ਤੇ ਸਮੇਂ ਦੀ ਬਾਤ ਹੋਵੇਗੀ, ਇਹ ਤੇ ਸਮੇਂ ਦੀ ਬਾਤ ਹੋਣੀ ਹੈ। ਫਾਈਨਲ ਹੈ, ਫਾਈਨਲ ਹੈ ਮਨਦੀਪ, ਫਾਈਨਲ ਹੈ ਵੀਰੇ। ਪਹਿਲੇ ਨੰਬਰ ਤੇ ਰਹੀ ਸੀ ਦੂਜੇ ਪਾਲੇ ਦੀ ਟੀਮ, ਦੂਜੇ ਨੰਬਰ ਤੇ ਰਹੀ ਸੀ। ਇਸ ਕਿੰਨੇ ਸਾਲ ਖੰਜਰਾਲ ਦੀ ਟੀਮ ਵੀ ਫਾਈਨਲ ਚ ਹੈ ਤੇ ਭਰੋਸਾ ਦੀ ਇਹ ਟੀਮ ਵੀ ਫਾਈਨਲ ਦੇ ਵਿੱਚ ਹੈ। ਹੁਣ ਫਾਈਨਲ ਮੈਚ ਜਾਰੀ ਹੈ, ਯੰਗ ਜਾਰੀ ਹੈ। ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ, ਆਪਾਂ ਜਿੱਤਾਂਗੇ ਜ਼ਰੂਰ। ਯਾਰੀ ਜੰਗ ਰੱਖਿਓ, ਆਪਾਂ ਜਿੱਤਾਂਗੇ ਜ਼ਰੂਰ। ਯਾਰੀ ਜੰਗ ਰੱਖਿਓ। ਇੱਕ ਇੱਕ ਨੰਬਰ ਹੈ ਦੋਨੋਂ ਟੀਮਾਂ ਦਾ, ਬਿਲਕੁਲ ਪ੍ਰਾਪਰੀ ਤੇ ਮੈਚ ਖੇਡਿਆ ਜਾ ਰਿਹਾ ਹੈ। ਹਲੇ ਤੋਂ ਸ਼ੁਰੂਆਤ ਹੈ, ਜਦੋਂ ਅੱਧਾ ਕੁ ਸਮਾਂ ਹੋ ਗਿਆ ਉਦੋਂ ਪਤਾ ਲੱਗਣਾ ਕਹਾਣੀ ਕੀ ਬਣਦੀ ਹੈ। ਸਮੇਂ ਦੀਆਂ ਬਾਤਾਂ ਹੋਰ ਦੀਆਂ ਬਾ, ਇਹਨੂੰ ਬੁੱਕੀ ਕਹਿੰਦੀ ਹੈ ਦੁਨੀਆਂ, ਇਹਨੂੰ ਬੁੱਕੀ ਕਹਿੰਦੀ ਹੈ ਦੁਨੀਆਂ। ਔਰ ਫਤਿਹਗੜੀਆ ਅੱਜ ਦੀ ਤਰੀਕ ਦਾ ਟੱਪਰ ਖਿਡਾਰੀ ਹੈ, ਅੱਜ ਦੀ ਤਰੀਕ ਦਾ ਪੂਰੇ ਖਿਡਾਰੀ ਖੇਡ ਮੈਦਾਨ ਦੇ ਵਿੱਚ ਮੁੰਡਾ ਪੱਲੇ ਵੱਲੇ ਕਰਵਾਉਂਦਾ ਹੋਇਆ। ਇੱਕ ਪਾਸੇ ਜਗਰਾਉਂਦ ਏਰੀਏ ਦਾ ਖਿਡਾਰੀ ਬਾਲ ਜਾਦੂਗਰਾ, ਜਾਦੂਗਰਾ ਕਮਾਲ ਪਰ ਬੁੱਗੀ ਤੇ ਬਾਲ ਖਾ ਗਿਆ। ਜਾਦੂਗਰ ਦਾ ਮੁੱਲ ਨੀ ਮੁੰਡਿਆ ਪਾਇਆ, ਇਹਦਾ ਜਾਦੂਗਰ ਕੌਕਿਆਂ ਦੇ ਵਿੱਚ ਖੇਡ ਗਿਆ। ਉਹ ਵੀ ਮੁੰਡੇ ਨੇ ਇਤਿਹਾਸ ਬਣਾਤਾ, ਕੌਕਿਆਂ ਦੀ ਟੀਮ ਲਈ ਖੇਡ ਕੇ ਉਹ ਵੀ ਵਾਲੀਬਾਲ ਦਾ ਇੱਕ ਇਤਿਹਾਸ ਹੀ ਬਣ ਗਿਆ। ਉਧਰ ਸਾਰੇ ਸਾਡੇ ਨਰੇ ਵੀਰਾਂ ਦਾ ਵੱਡਾ ਧੰਨਵਾਦ ਹੈ। ਪਿੰਦਰ ਖੰਜਰ ਵਾਲੀ ਆ, ਇਹਦੇ ਪਿੰਦਰਾ ਬਾਲ ਆਊਟ ਨੰਬਰ ਰੋਸਾ ਏਗਾ। ਅਗਲੀ ਗੱਲ ਸਾਡੇ ਭਲੂਰ ਸਾਹਿਬ ਕਰਨਗੇ ਇਸ ਮੈਚ ਤੋਂ। ਨੰਬਰ ਤਿੰਨ, ਤਿੰਨ ਤੇ ਇੱਕ ਦਾ ਮੁਕਾਬਲਾ ਫਾਈਨਲ ਮੈਚ ਦੋਵਾਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ। ਤਿੰਨ ਪੁਆਇੰਟ ਹੈ ਜਿਹੜੇ ਉਹ ਸਾਹਮਣੇ ਫੇਰੂ ਸ਼ਹਿਰ ਦੀ ਟੀਮ ਦੇ ਹੈ, ਉਧਰ ਇੱਕ ਪੁਆਇੰਟ ਹੈ ਜਿਹੜਾ ਉਹ ਖੰਜਰਵਾਲ ਦੀ ਟੀਮ ਦਾ ਹੈ। ਲਓ ਸਾਹਮਣੇ ਮੈਚ ਜਿਹੜਾ ਫਾਈਨਲ ਖੇਡਿਆ ਜਾ ਰਿਹਾ ਦੋਵਾਂ ਟੀਮਾਂ ਦੇ ਦਰਮਿਆਨ, ਤੇ ਬਹੁਤੇ ਕੱਟਦੇ ਨੀ ਦਿਲ ਲਾ ਰਹੇ ਜ਼ਿੰਦਗੀ ਨੂੰ ਲਾ ਕੇ, ਜਿਹੜੇ ਬਰਫਾਂ ਬਣਾਉਂਦੇ ਹੱਥ ਜਲਦੀ ਚ ਪਾ ਕੇ, ਮਾੜੇ ਮਿਰਜੇ ਨਾ ਸਾਹਿਬਾ ਸਿਰੇ ਲਾਉਂਦੇ ਹੁੰਦੇ ਆ, ਉਹ ਬੰਦੇ ਟਾਵੇ ਟਾਵੇ ਲੇਖਾਂ ਨੂੰ ਹਰਾਉਂਦੇ ਹੁੰਦੇ ਆ, ਬੰਦੇ ਕੋਈ ਕੋਈ ਲੇਖਾਂ ਨੂੰ ਹਰਾਉਂਦੇ ਹੁੰਦੇ ਆ। ਹੁਣ ਸਾਹਮਣੇ ਟੀਮਾਂ ਦੋਵੇਂ ਜਿਹੜੀਆਂ ਸਿਰੇ ਦੀਆਂ ਖੇਡ ਰਹੀਆਂ ਨੇ, ਪਰ ਖਾਲਸੇ ਦੇ ਭੀੜ ਪੈਗੀ ਆ ਤੇ ਪੈਂਦੀ ਆਈ ਹੈ। ਉਹ ਬਾਲ ਜਿਹੜੀ ਆਊਟ ਹੈ, ਔਰ ਸਫਲ ਦਾ ਆਪਾਂ ਵੇਖਾਂਗੇ ਫਿਰ ਸ਼ਹਿਰ ਦੇ ਖਾਤੇ ਜਿਹੜੀ ਜਾ ਜੁੜੀ ਹੈ। ਔਰ ਜ਼ੋਰ ਲੱਗਿਆ ਹੋਇਆ ਟੀਮਾਂ ਦਾ, ਇੱਕ ਪਾਸੇ ਤੀਰਥ ਹੈ ਫਿਰੋਸ਼ਾ ਦੀ ਧਰਤੀ ਦਾ, ਤੇ ਦੂਜੇ ਪਾਸੇ ਮੁੰਡੇ ਫਿਰੋਸ਼ਾ ਦੀ ਟੀਮ ਲੈ ਕੇ ਆਏ ਹੋਏ ਨੇ। ਸਾਹਮਣੇ ਕਹਿੰਦੇ ਸਮੇਂ ਸਮੇਂ ਦੀ ਇੱਕ ਮੁੰਡਾ ਉਸੇ ਪਿੰਡ ਦਾ ਤੇ ਬਾਕੀ ਕਹਿੰਦੇ
ਪਰ ਫੇਰੂ ਸ਼ਹਿਰ ਵਾਲੀ ਫਿੱਟ ਆ ਫਿਰਦਾ
ਸੱਟਾ ਕਹਿੰਦਾ ਤੀਰਥਾ ਮਾਰ ਬਾਲਾ ਚੁੱਕ ਨੀ ਗੇੜ ਹੋਰ ਮਿੱਤਰ
ਕੋਈ ਨੀ ਧੀਰ ਦਾ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਸਨੋਹ ਪੈ ਗਈ ਭੁੱਲਿਆ ਅੱਖ ਵਿੱਚ ਪੈ ਜੇ ਬੜਾ ਹਵਾਲ ਤੰਗ ਕਰਦਾ ਯਾਰ ਮਿਲੇ ਰੂਹ ਦਾ ਕਗਾਲ ਤੰਗ ਕਰਦਾ ਬੈਂਕਾਂ ਦਾ ਵਿਆਜ ਕਈ ਸਾਲ ਤੰਗ ਕਰਦਾ ਤੇ ਗੁੱਡੀ ਚਾਰੇ ਪਾਸੇ ਰਜਾਈ ਤਾਂ ਵੀ ਠੰਡ ਲੱਗੇ ਛੜੇ ਬੰਦੇ ਨੂੰ ਮਿੱਤਰੋ ਸਿਆਲ ਤੰਗ ਕਰਦਾ ਬਾਕੀ ਆਏ ਹੁਣ ਬਾਈ ਵੀਡੀਓ ਬਣਾ ਰਿਹਾ ਸਨੈਪਚੈਟ ਦੀ ਅੱਗ ਕੱਢੀ ਆਉਂਦਾ ਗੱਲਾਂ ਕਹਿੰਦੇ ਹੁੰਦੀਆਂ ਨੇ ਲਓ ਸਾਹਮਣੇ ਅੱਠ ਅੱਠ ਨੰਬਰ ਬੂਟੇ ਮੈਨੂੰ ਲੱਗਦਾ ਅੱਠ ਸੱਤ ਅੱਠ ਤੇ ਸੱਤ ਅੱਠ ਤੇ ਸੱਤ ਦਰਸ਼ਕਾਂ ਦਾ ਵੀ ਨਜ਼ਾਰਾ ਜਿਹੜਾ ਵੱਖਰਾ ਬਜਿਆ ਹੋਇਆ ਹੈ ਪ੍ਰਬੰਧਕ ਵੀਰ ਵੀ ਬੈਠੇ ਆ ਆਲ ਫ੍ਰੈਂਡਸ ਕਲੱਬ ਕੈਲਗਰੀ ਦਾ ਵੀ ਧੰਨਵਾਦ ਉਧਰ ਸੱਤਾ ਜਿੰਨੇ ਨੰਬਰ ਜੋੜਦਾ ਹੈ ਹਰ ਇੱਕ ਨੰਬਰ ਦੇ ਦੋ ਦੋ ਸੌ ਦੇ ਮਾਣ ਸੰਨੀ ਠੋਲੀ ਵਾਲ ਸਾਡਾ ਵੀਰ ਨਾਲ ਬਾਈ ਜੋਤੀ ਹੋਣੀ ਸਾਡੇ ਵੀਰ ਜੱਸੇ ਹੋਣੀ ਕਹਿ ਰਹੇ ਹੈ ਸੱਤੇ ਦੇ ਹਰ ਇੱਕ ਨੰਬਰ ਦਾ ਦੋ ਦੋ ਸੌ ਦਾ ਮਾਣ ਹੈ ਨੌ ਨੰਬਰ ਆ ਫੇਰੂ ਸ਼ਹਿਰ ਦੀ ਟੀਮ ਦੇ ਤੇ ਸੱਤ ਜਿਹੜੇ ਉਹ ਖੰਜਰਵਾਲ ਦੀ ਟੀਮ ਦੇ ਨੇ ਨੌ ਦੇ ਕਹਿੰਦੇ ਸੱਤ ਦਾ ਮੁਕਾਬਲਾ ਹੈ ਜਿਹੜਾ ਖੇਡਿਆ ਜਾ ਰਿਹਾ ਟੀਮਾਂ ਦੇ ਦਰਮਿਆਨ ਲਓ ਸਾਹਮਣੇ ਜੋੜ ਕੇ ਦੇ ਮੁੰਡਿਆਂ ਦਾ ਉਰੇ ਆਈ ਮੜਾ ਜਾ ਰਵੀ ਰਵੀ ਟਰਾਈ ਜਿਹੜੀ ਉਹ ਕੀਤੀ ਜਾ ਰਹੀ ਅੜ ਜਾ ਪਾਸੇ ਅੜ ਜਾ ਪਾਸੇ ਅੜ ਜਾ ਪਾਸੇ ਹੁਣ ਇਹ ਮੁੰਡੇ ਤੂੰ ਆਂਗਾ ਤੀਰਥ ਕਰਤੀ ਹੈ ਪਰ ਸੱਤ ਦੇ ਨੌ ਦਾ ਮੁਕਾਬਲਾ ਹੈ ਪਰ ਪ੍ਰਦੀਪ ਮੈਨੂੰ ਐ ਲੱਗਦਾ ਕਿ ਤੇਰੇ ਅੰਦਾਜ਼ੇ ਗਲਤ ਨੇ ਆਓ ਮੈਨੂੰ ਐ ਕਿਉਂ ਲੱਗਦਾ ਕਿ ਤੇਰੇ ਅੰਦਾਜ਼ੇ ਕੇਜ ਮੋਡ ਵਧੀਆ ਵਧੀਆ ਬਰੇ ਸੱਤ ਦੇ ਨੌ ਲਾਲਾ ਸ਼ਰਤਾਂ ਬਖਾਲੀ ਦੋਵੇਂ ਮੈਚ ਦੇਖਾਂਗੇ ਲਓ ਸਾਹਮਣੇ ਹੁਣ ਅੱਠਵੇਂ ਦੀ ਟਰਾਈ ਮੁੰਡੇ ਨੇ ਜਿਹੜੀ ਕਰ ਦਿੱਤੀ ਹੈ ਪਰ ਮੈਨੂੰ ਐਂ ਲੱਗਦਾ ਆਲ ਫ੍ਰੈਂਡਸ ਕਲੱਬ ਵਾਲਿਓ ਇਹ ਕਹਾਣੀ ਹੋਰ ਬਣ ਜਾਣੀ ਹੈ ਨੌ ਤੇ ਸੱਤ ਸਰਵਿਸ ਇੱਕ ਵਾਰ ਫਿਰ ਤੋਂ ਜਿਹੜੀ ਚੀਜ਼ ਹੈ ਕਿ ਭਾਵੇਂ ਲੀਕਾਂ ਖਿੱਚਦੀਆਂ ਸਿਕੰਦਰ ਨੇ ਅੱਤ ਕਰਾ ਗਿਆ ਪੋਰਸ ਪਰ ਰਾਜ ਹੋਇਆ ਨੀ ਕਿਸੇ ਤੋਂ ਮਹਾਰਾਜੇ ਰਣਜੀਤ ਵਰਗਾ ਉਹ ਲੀੜੇ ਲਾ ਕੇ ਪੱਟਾਂ ਦੇ ਥਾਪੀਆਂ ਦਾ ਬੜਿਆਂ ਨੇ ਮਾਰੀਆਂ ਰੇਡਰ ਉੱਠਿਆ ਨੀ ਕੋਈ ਬਾਜੇ ਦੇ ਹਰਜੀਤ ਵਰਗਾ ਰੈਡ ਬੋਲਦਾ ਤਾਂ ਕਹਿੰਦੇ ਨਾ ਵੀ ਆ ਹਜ਼ਾਰ ਮੀਲ ਦਾ ਬੰਦਾ ਸਟਾਰ ਬੱਕ ਪੀ ਗਈ ਪਾੜਦਾ ਉਹ ਗ੍ਰੇਟ ਏਮ ਦੀ ਕਿੱਥੇ ਰੀਸ ਕਰ ਲੂ ਟਰਾਲਾ ਵੈਨ ਗਾਰਦਾ ਅਫਗਾਨੀ ਅੱਜ ਵੀ ਥਰ ਥਰ ਕੰਬਦੇ ਆ ਨਾਮ ਸੁਣ ਕੇ ਹਰੀ ਸਿੰਘ ਸਰਦਾਰ ਦਾ ਉਹਨੇ 53 ਫੁੱਟ ਦਾ ਕੀ ਬੈਕ ਲਾਉਣਾ ਜਿਹਨੇ ਹਾਲੇ ਤੱਕ ਲਾਇਸੈਂਸ ਨਹੀਂ ਲਿਆ ਕਾਰ ਦਾ ਉਹ ਕੁਰਤਾ ਪਜਾਮਾ ਜੇ ਰੂਹ ਨਾਲ ਸਵਾਇਆ ਹੋਵੇ ਨਾ ਤੇ ਕਹਿੰਦੇ ਢੂਹੀ ਭੰਨ ਦਿੰਦਾ ਚੀਨ ਦੀ ਇੰਡੀਆ ਦੇ ਟਰੈਕਟਰ ਦਾ ਬਾਹਰੋਂ ਬੜੇ ਆ ਗਏ ਪਰ 855 ਨੇ ਜੀਵ ਕਢਾਈਆ ਤੂੜੀ ਵਾਲੀ ਮਸ਼ੀਨ ਦੀ ਇੰਡੀਆ ਦੇ ਟਰੈਕਟਰ ਦਾ ਬਾਹਰੋਂ ਬੜੇ ਆ ਗਏ ਪਰ 855 ਨੇ ਜੀਵ ਕਢਾਈਆ ਤੂੜੀ ਵਾਲੀ ਮਸ਼ੀਨ ਦੀ 10 ਸਪੀਡ 30 ਸਪੀਡ ਦੇ ਆਟੋ ਦੇ ਫੜੇ ਚਲਾ ਕੇ ਦੇਖ ਲਏ ਨਜ਼ਾਰਾ ਦਿੱਤਾ ਨੀ ਕਿਸੇ ਨੇ 18 ਦੇ ਖੇਡ ਵਰਗਾ ਔਰ ਰਫੜਾ ਦੇ ਫੜਿਆ ਪਾਪਿਆ ਗੋਲਿਆ ਰੰਡਿਆਲੇ ਵਾਲਿਆ ਪਰ ਤਬਕਾ ਹੈ ਨੀ ਕਿਸੇ ਦਾ ਭਿੰਡਰਾਂ ਦੇ ਸ਼ੇਰ ਵਰਗਾ ਪਰ ਤਬਕਾ ਹੈ ਨੀ ਕਿਸੇ ਦਾ ਓ ਭਿੰਡਰਾਂ ਦੇ ਸ਼ੇਰ ਵਰਗਾ ਆਓ ਸਾਹਮਣੇ ਮੰਨ ਜਿਹੜੀ ਵੱਡੀ ਹੋ ਗਈ ਹੈ ਔਰ ਫੈਸਲੇ ਗੱਲ ਵਾਲੇ ਪਤਲੇ ਨੇ ਕਰਤੇ ਹੈ ਤੇ ਨੰਬਰ ਦੱਸੋ ਜੀ ਹੁਣ 9-8 9-8 9-8 ਹੁਣ ਦਸਵਾਂ ਨੰਬਰ ਕੌਣ ਜੋੜੇਗਾ ਆਪਣੀ ਟੀਮ ਦੇ ਲਈ ਇਹਦੇ ਐਨ ਸਮਾਂ ਦੱਸੇਗਾ ਪਰ ਟਰਾਈ ਕਹਿੰਦੇ ਮੁੰਡਿਆਂ ਨੇ ਵੱਡੀ ਕਰਤੀ ਹੈ ਪਰ ਬਾਲ ਜਿਹੜੀ ਆਊਟ ਹੈ ਫਤਿਹਗੜ੍ਹ ਵਾਲਿਆ ਬਾਲ ਜਿਹੜੀ ਆਊਟ ਹੈ
ਬੱਲ ਵਾਲਿਆ ਨੰਬਰ ਹੁਣ ਜੋੜਨਾ ਪੈਣਾ ਹੈ ਹੁਣ ਤੀਰਥ ਵੀ ਕਿਹੜੇ ਪਾਸੇ ਖੜਾ ਹੈ ਨਿਰਣ ਗੱਲਾਂ ਹੋਣਗੀਆਂ ਦੂਰ ਦੁਰਾਡੇ ਤੱਕ ਹੁਣ ਬੱਲ ਵਾਲਿਆ ਦੇਖ ਸਾਹਮਣੇ ਤੀਰਥ ਕਿੱਥੇ ਖੜਾ ਹੈ ਤੇ ਬਾਲ ਕੋਈ ਲਾਉਣੀ ਪੈਣੀ ਹੈ ਅੱਠ ਤੇ ਨੌ ਇੱਕ ਨੰਬਰ ਦਾ ਕਿਵੇਂ ਫਰਕ ਹੈ दस अठ पिछे माड़ा रवि पिछे रहा भरा बन के बच्चे थोड़ा जा आना उन्हें इरीटेट होने लग जाते बंदे वेखन वाले अगला हिली जाता बच्चे अमन सेखो वधिया वीरे अमनप्रीत पुत्र हाँ जी हाँ जी रिपनजोत कौके सब का धन्यवाद वीरे पवना सेखो अज थोड़ा शरीर डाउन सी ते जिन्ना होया अपडेट अपडेट की थी अपा है ना अबा मेह रखे नैक्सट लाइव ते कोई गल नहीं कोई गल नहीं प्रीत कहना मैनू सारा पता है मैं भी दुनिया वेखी है इनू गल वाली नैविगेशन कहते सारे मोड़ जानता कि केड़ी गली केड़े पासे जाती है ते केड़ी सड़क मल्ले नू जगराऊ नाल जुड़ी नू सारा पता है पर बाल आउट है मैनू लगता नौ नौ हो गए ने हुण नौ दस ने नौ ते दस का मुकाबला खेडा जा रहा है एक नंबर का कहते हाले भी फर्क है चीस जरिए पानी जो भी सिर तो लंघ जाए और कुरा आख्या तली ते सीस भरिए पानी जो भी सिर तो लंघ जाए कुरा आख्या तली ते सीस भरिए हुण दस ते नौ का मुकाबला खेडा जा रहा है नंबर कहते ग्यारहवा हूं कि खिलाड़ी जोड़ेगा अपनी टीम के लिए ये बात पैनगियां समय दियां के बंदे का एक प्यार ही चेते रह जाता और भला की दुनिया तो कोई लै जाता और बार कफड़ तो खाली हथ सिकंदर ने जा सकता कुछ नाल ते सकी लै जाता और तुरिया फिर भी किसी की ताकत है किन्ने झखड़ झुले और कदरा ढह जाता किसी दिल में बहन लिए ਕਿਸੇ ਨੂੰ ਬਸ ਜਗ੍ਹਾ ਦਿਓ ਹੌਲੀ ਹੌਲੀ ਉਹ ਛੋਟੀਆਂ ਚੜਾ ਚ ਬਹਿ ਜਾਂਦਾ ਉਹ ਤੇਰੀ ਨੁਕਤਾ ਤੇਰੇ ਵਿੱਚ ਵੀ ਹੋਵਣਗੇ ਐਵੇਂ ਨਹੀਂ ਕੋਈ ਕਿਸੇ ਦੇ ਮੂੰਹੋਂ ਲੈ ਜਾਂਦਾ ਉਹ ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ ਹੋਰ ਭਲਾ ਕੀ ਦੁਨੀਆਂ ਤੋਂ ਕੋਈ ਲੈ ਜਾਂਦਾ ਬਾਕੀ ਐਨ ਗੱਲਾਂ ਪਿਆਰ ਦੀਆਂ ਨੇ ਬਾਤਾਂ ਸਤਿਕਾਰ ਦੀਆਂ ਨੇ ਪਰ ਨੰਬਰ ਖੇਡ ਦੇ ਬਲਾ ਵਿੱਚ ਉਹ ਫੇਰੂ ਸ਼ਹਿਰ ਦੇ ਖਾਤੇ ਜਾ ਜੁੜਿਆ ਕਿ ਸ਼ਾਮ ਸਿੰਘ ਟਾਰੀ ਵਾਲੇ ਥੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ ਤੇ ਸ਼ਾਹ ਮੁਹੰਮਦ ਸਿੰਘਾਂ ਨੇ ਬੋਰਿਆਂ ਨੇ ਸਾਗ ਨਿਥੁਆ ਲਹੂ ਨਿਚੋੜ ਸੁੱਟੇ ਬੜੀ ਕਦੇ ਧਰਤੀ ਤੇ ਹਸਕਾ ਹੈ ਜਿਥੁਆ ਮੁੰਡੇ ਚ ਟੀਮ ਬਣਾ ਕੇ ਲੈ ਕੇ ਆਏ ਨੇ ਕਿਰਤੀ ਭਜਿਆ ਸਾਡਾ ਵੀਰ ਹੈ ਲਾਓ ਸਾਹਮਣੇ ਸਰਵਿਸ ਕਰ ਗਿਆ ਮੁੰਡਾ ਇਹ ਆ ਸਰਦਾਰ ਬੂਟਾ ਸਿੰਘ ਜੌਲ ਦੇ ਘਰ ਦੀ ਸੰਤਾਨ ਮੇਰੇ ਮਿੱਤਰ ਗੱਲਾਂ ਕਹਿੰਦੇ ਮੁੰਡੇ ਦੀਆਂ ਜਿਹੜੀਆਂ ਦੂਰ ਦੂਰ ਤੱਕ ਹੁੰਦੀਆਂ ਨੇ ਹੁਣ ਨੰਬਰ ਕਹਿੰਦੇ ਐਨ ਕਿਹੜਾ ਖਿਡਾਰੀ ਜੋੜੇਗਾ ਪਰ ਖਾਲਸਾ ਗਲਤੀ ਕਰ ਗਿਆ ਤੇ ਇਧਰ ਪ੍ਰਦੀਪ ਨੇ ਹੱਥ ਮਾਰਿਆ ਮੱਥੇ ਵਿੱਚ ਕਿਹਾ ਕੀ ਬਣ ਗਿਆ ਕੀ ਬਣ ਗਿਆ ਹੁਣ ਆਲ ਫਰੈਂਡ ਵਾਲਿਆਂ ਨੂੰ ਵੀ ਟੈਨਸ਼ਨ ਹੋ ਗਈ ਹੈ ਕਿ ਪੇਚਾ ਤੇ ਕਾਸ਼ੂ ਦੇ ਗੋਲ ਪਾ ਬੈਠੇ ਹੈ ਪਰ ਸਭ ਸੈਂਡ ਗੱਲ ਜਿਹੜੀ ਉਹ ਟਿਕਾਣੇ ਲੱਗ ਗਈ ਹੈ ਬੱਲ ਵਾਲਿਆ ਬਾਹਰਲੀ ਟੀਸ ਦੇ ਲੱਗੀ ਤੇ ਸਵਾਗ ਨਹੀਂ ਆਇਆ ਭਾਵੇਂ ਵਰਲਡ ਕੱਪ ਜਿੱਤ ਲਈ ਪਰ ਟੀਸ ਦਾ ਗੱਡਣਾ ਡਈਆ ਵੇ ਕੀਤਾ ਤੇ ਬਾਤਾਂ ਆਉਣਗੀਆਂ ਦੂਰ ਦੂਰ ਤੱਕ ਗਾਲਬ ਦਾ ਕਹਿੰਦੇ ਪ੍ਰੀਤ ਫੈਸਲਾ ਕਰ ਗਿਆ ਹੈ ਵਾਹ ਮੁੰਡਿਆ ਦੂਰੋਂ ਦੇ ਪੁਰਾਣੇ ਮੀਟਰਾਂ ਵੱਲ ਇਸ਼ਕਾ ਮਾਰਦਾ ਤੇ ਆ ਗਾਲ ਵਾਲਾ ਵੀਰ ਸਾਡਾ ਗੱਲਾਂ ਕਹਿੰਦੇ ਹੁੰਦੀਆਂ ਭਰਾ ਦੀਆਂ ਦੂਰ ਦੁਰਾਡੇ ਤੱਕ ਉਧਰ ਸਾਡੇ ਬਾਈ ਪ੍ਰਿਤਪਾਲ ਸਿੰਘ ਜੀ ਯੂਕੇ ਵਾਲੇ ਵੱਡਾ ਮਾਣ ਹੈ ਹਾਲੇ ਤੱਕ ਵੀ ਹਾਜ਼ਰੀ ਲਵਾ ਰਹੇ ਨੇ ਵੱਡਾ ਧੰਨਵਾਦ ਹੈ ਸਾਡੇ ਵੱਡੇ ਵੀਰ ਦਾ ਐਨ ਸਮਾਂ ਵੀ ਕਾਫੀ ਹੋ ਗਿਆ ਪਰ ਬਾਈ ਕਹਿ ਰਿਹਾ ਕਿ ਨਜ਼ਾਰਾ ਬੜਾ ਖੇਡਦੇ ਜਿਹੜੀ ਵੱਡੀ ਖੇਡ ਹੈ ਵੱਡਾ ਧੰਨਵਾਦ ਹੈ ਬਾਈ ਉਹਨਾਂ ਦੀ ਵੱਡੀ ਹਾਜ਼ਰੀ ਹੈ ਜਿਹੜਾ ਸਾਥ ਵੀ ਦਿੱਤਾ ਪ੍ਰਬੰਧਕ ਵੀਰਾਂ ਦਾ ਤੇ ਗੱਲਾਂ ਜਿਹੜੀਆਂ ਟਿਕਾਣੇ ਲੱਗੀਆਂ ਹੋਈਆਂ ਨੇ ਹੁਣ ਨੰਬਰ ਆਪਾਂ ਇੱਕ ਵਾਰੀ ਦੱਸਾਂਗੇ ਨੌ ਤੇ ਬਾਰਾਂ ਜੀ ਹੁਣ ਚਾਚਾ ਐਣ ਬ
ਬੜਾ ਸੇਫ ਹੋ ਕੇ ਬੈਠਾ ਹੋਇਆ ਹੈ। ਹਾਂ ਉਹਨੂੰ ਪਤਾ ਨਾ ਵੀ ਪਤਾ ਨੀ ਕਿਹੜੇ ਪਾਸਿਓ ਕਿਤੇ ਜੰਗਲੀ ਬਿੱਲਾ।